ਪ੍ਰੋਬਲਮ ਤੇ ਆਪਣੀ ਹੈ, ਅਸੀਂ ਆਪਣਾ ਆਪ ਬਦਲਣਾ ਨਹੀਂ ਚਾਹੁੰਦੇ, ਸਭ ਕੁਝ ਬਦਲਣਾ ਚਾਹੁੰਦੇ, ਕੱਪੜੇ ਬਦਲਦੇ ਹੋ, ਘਰ ਬਦਲਦੇ ਹੋ, ਗੱਡੀਆਂ ਬਦਲਦੇ ਹੋ, ਰਾਤ ਖਾਧਾ ਖਾਣਾ ਸਵੇਰੇ ਬਦਲਦੇ ਹੋ, ਵਿਚਾਰ ਬਦਲਣ ਨੂੰ ਤਿਆਰ ਹੀ ਨਹੀਂ ਹੈ। ਇਹ ਪੁਰਾਤਨ ਮਰਿਆਦਾ ਹੈ ਜੀ, ਘੋੜਿਆਂ ਵੇਲੇ ਨਹੀਂ ਫਿਰ ਪੁਰਾਤਨ ਮਰਿਆਦਾ ਰੱਖਦੇ, ਹੁਣ ਤਾਂ ਗੱਡੀਆਂ ਆ ਗਈਆਂ, ਹੁਣ ਤੁਸੀਂ ਗੱਡੀਆਂ 'ਤੇ ਕਿਉਂ ਆਉਂਦੇ ਜੇ, ਊਠਾਂ 'ਤੇ ਆਓ, ਉਹ ਵੀ ਤਾਂ ਪੁਰਾਤਨ ਸੀ ਨਾ, ਫਿਰ ਲੱਭ ਕੇ ਲਿਆਓ ਊਠ, ਪੁਰਾਤਨ ਊਠ, ਪੁਰਾਤਨ ਘੋੜੇ, ਪੁਰਾਤਨ ਮਰਿਆਦਾ ਕਿਹੜੀ ਹੈ, ਕਸਵੱਟੀ ਕਿਹੜੀ ਹੈ ਜੀ ਇਹ ਪੁਰਾਤਨ ਵਾਲੀ, ਉਹ ਮਰਿਆਦਾ ਮੰਨਣੀ ਜਿਹੜੀ ਪੁਰਾਤਨ ਸੀ। ਮੈਨੂੰ ਇੱਕ ਦਿਨ ਮਿਲਿਆ ਇੱਕ ਵੀਰ, ਕਹਿੰਦਾ ਜੀ ਪੁਰਾਤਨ ਮਰਿਆਦਾ ਮੰਨਣੀ ਚਾਹੀਦੀ ਹੈ। ਮੈਂ ਕਿਹਾ 1920 ਤੋਂ ਪਹਿਲਾਂ, 1905 ਤੱਕ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਅਗਲਿਆਂ ਨੇ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸੀ, ਇਹ ਮਰਿਆਦਾ ਮੰਨੀ ਅਸੀਂ, ਇਹ ਤਾਂ ਭਲਾ ਹੋਵੇ ਉਹਨਾਂ ਯੋਧਿਆਂ ਦਾ, ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦੇਵ ਸਿੰਘ ਵਰਗੇ ਯੋਧਿਆਂ ਦਾ। 1873 ਵਿੱਚ ਸਿੰਘ ਸਭਾ ਲਹਿਰ ਚੱਲੀ, ਆਰੀਆ ਸਮਾਜੀਆਂ ਨੂੰ ਅਗਲਿਆਂ ਵਿਚਾਰ ਚਰਚਾ ਦੇ ਵਿੱਚ ਹਰਾਇਆ, ਭੁੱਲ ਗਏ ਅਸੀਂ ਸਾਰਾ ਕੁਝ। ਜਿੱਥੇ ਗੁਰੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ, ਸਮੇਤ ਗੁਰੂ ਸਾਹਿਬ ਦੇ, ਇਹ ਤਾਂ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਯੋਧਿਆਂ ਨੇ ਜਾ ਕੇ ਸਮਝਾਇਆ ਵੀ ਇਹ ਸਾਡੇ ਧਰਮ ਦੇ ਵਿੱਚ ਮੂਰਤੀ ਦੀ ਪੂਜਾ ਦੀ ਮਨਾਹੀ ਹੈ ਅਤੇ ਚੁਕਵਾਈਆਂ ਸਾਰੀਆਂ, ਇਹ ਹੁਣ ਇਹ ਮੰਨੀ ਹੈ ਪ੍ਰਿਆਤਾ, ਉਹ 'ਤੇ ਭਲਾ ਹੋਵੇ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਬਾਅਦ ਵਿੱਚ ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ ਗਿਆ, ਲਗਾਤਾਰ ਲਗਾਤਾਰ 32 ਤੋਂ ਲੈ ਕੇ 45 ਤੱਕ 13 ਸਾਲ ਉਹਦੇ 'ਤੇ ਗੋਸ਼ਟੀਆਂ ਹੁੰਦੀਆਂ ਰਹੀਆਂ, ਵਿਚਾਰ ਚਰਚਾ ਹੁੰਦੀ ਰਹੀ। ਇਹ ਮਰਿਆਦਾ ਤਾਂ ਵਿਕੇ ਹੋਏ ਬੰਦਿਆਂ ਨੇ ਬਣਾਈ ਹੈ, ਅੱਛਾ ਚਲੋ ਇਹ ਵਿਕੇ ਹੋਇਆਂ ਨੇ ਬਣਾਈ ਹੈ, ਪਾਸੇ ਕਰ ਦਿਓ, ਕਿਹੜੀ ਮੰਨੀ ਇਹ ਦੱਸ ਦਿਓ, ਇਹ ਦੱਸ ਦਿਓ ਜਿਹੜੀ ਸਾਰੀ ਕੌਮ ਮੰਨ ਲਏ, ਇੱਕ ਜਥੇਬੰਦੀ ਦੀ ਦੂਜੇ ਦੀ ਜਥੇਬੰਦੀ ਨਾਲ ਮਰਿਆਦਾ, ਬੋਲ ਕੇ ਦੱਸਿਓ ਹੁਣ ਮੇਲ ਖਾਂਦੀ ਹੈ, ਅਤੇ ਇਹ ਫਿਰ ਵੀ ਠੀਕ ਨਹੀਂ ਸਾਨੂੰ। ਇੱਕ ਦੀ ਮਰਿਆਦਾ ਕਹਿੰਦੀ ਹੈ ਜੀ ਰਾਗਮਾਲਾ ਗੁਰੂ ਦੀ ਕਿਰਤ ਨਹੀਂ ਹੈ, ਨਹੀਂ ਪੜ੍ਹਨੀ, ਮੈਂ ਮੂੰਹ 'ਤੇ ਕਹਿੰਦਾ ਅਖੰਡ ਕੀਰਤਨੀ ਜਥਾ ਰਾਗਮਾਲਾ ਨੂੰ ਗੁਰੂ ਦੀ ਕਿਰਤ ਨਹੀਂ ਮੰਨਦਾ। ਟਕਸਾਲ ਜਥੇਬੰਦੀਆਂ ਕਹਿੰਦੀਆਂ ਨੇ ਜਿਹੜਾ ਗੁਰੂ 'ਤੇ ਕਿੰਤੂ ਪਰੰਤੂ ਕਰੂ ਉਹ ਪੰਥ ਦੁਖੀ ਹੈ, ਤੁਸੀਂ ਸਮਝਾ ਲਓ ਪਹਿਲਾਂ ਅਖੰਡ ਕੀਰਤਨੀ ਜਥੇ ਨੂੰ। ਮਿਸ਼ਨਰੀ ਕਾਲਜਾਂ ਦੇ ਜਿੰਨੇ ਵੀ ਅਦਾਰੇ ਨੇ ਉਹ ਕਦੀ ਲੜਾਈ ਨਹੀਂ ਪਾਉਂਦੇ, ਉਹ ਕਹਿੰਦੇ ਅਕਾਲ ਤਖਤ ਦੀ ਮਰਿਆਦਾ 'ਚ ਲਿਖਿਆ ਹੈ, ਪੜ੍ਹਨਾ ਹੈ ਤਾਂ ਪੜ੍ਹ ਲਓ, ਨਹੀਂ ਪੜ੍ਹਨਾ ਨਾ ਪੜ੍ਹੋ, ਇਹਨੂੰ ਲੜਾਈ ਦਾ ਵਿਸ਼ਾ ਨਾ ਬਣਾਓ। ਕੁਝ ਨਿਸ਼ਾਨ ਸਾਹਿਬ ਨਹੀਂ ਲਾਉਂਦੇ, ਕੁਝ ਨਿਸ਼ਾਨ ਸਾਹਿਬ ਲਾਉਂਦੇ, ਤੁਹਾਡੇ 'ਤੇ ਆਪਣੇ 'ਚ ਫਰਕ ਹੈ, ਨਹੀਂ ਹੈਗਾ ਤਾਂ ਦੱਸ ਦਿਓ, ਫਿਰ ਤੁਸੀਂ ਕਿਹੜੇ ਮੂੰਹ ਨਾਲ ਆਣ ਕੇ ਸਵਾਲ ਪੁੱਛਣ ਆਉਂਦੇ ਹੋ ਜੀ, ਤੁਸੀਂ ਸਾਨੂੰ ਆਣ ਕੇ ਤੁਸੀਂ ਕਿਸ ਹੱਕ ਨਾਲ ਸਵਾਲ ਪੁੱਛ ਸਕਦੇ ਹੋ? ਕੀ ਪੰਥ ਦੇ ਲੰਬਰਦਾਰ 4-5 ਜਥੇਬੰਦੀਆਂ ਰਹਿ ਗਈਆਂ ਨੇ? ਹਰ ਇੱਕ ਨੂੰ ਹੱਕ ਹੈ, ਗੁਰਬਾਣੀ ਹਰ ਇੱਕ ਦੀ ਸਾਂਝੀ ਹੈ, ਕੱਲ੍ਹ ਨੂੰ ਕੋਈ ਗੋਰਾ ਕਵੇ ਮੈਂ ਬਾਣੀ ਪੜ੍ਹਨੀ, ਤੁਸੀਂ ਰੋਕ ਨਹੀਂ ਸਕਦੇ। ਘਰ ਜਦੋਂ ਜਾਹਰ ਪੀਰ ਜਗਤ ਗੁਰ ਬਾਬਾ ਦੀ ਗੱਲ ਆਉਂਦੀ ਹੈ, ਇਹ ਜਗਤ ਦਾ ਹੈ, ਸਾਡਾ ਇਕੱਲਿਆਂ ਦਾ ਨਹੀਂ ਹੈ, ਹੱਕ ਹੈ, ਉਹਨਾਂ ਨੂੰ ਪੜ੍ਹ ਸਕਦੇ ਨੇ, ਉਹ ਬਾਣੀ ਗਾ ਸਕਦੇ ਨੇ, ਵਿਚਾਰ ਕਰ ਸਕਦੇ ਨੇ, ਤੁਸੀਂ ਕਿੰਨਾ ਕੁ ਰੋਕੋਗੇ? ਅਤੇ ਹੈ ਵੀ ਇੱਦਾਂ, ਇਹ ਸਾਰਿਆਂ ਦਾ, ਤੁਸੀਂ ਕਬਜ਼ਾ ਕੀਤਾ ਹੋਇਆ ਵੀ ਇਹ ਸਾਡਾ ਹੀ ਹੈ। ਜਿਨ੍ਹਾਂ ਨੂੰ ਲੱਖ ਲੱਖ ਰੁਪਇਆ ਅਰਦਾਸ ਦਾ ਹੀ ਮਿਲਦਾ ਹੋਵੇ ਵੀ ਅਰਦਾਸ ਫਲਾਣੇ ਦੀ ਧੀ ਨਹੀਂ ਹੁੰ ਪਲੋਤ ਨਹੀਂ ਸੀ ਹੁੰਦਾ, ਫਲਾਣੇ ਦਾ ਮੁਕੱਦਮਾ ਨਹੀਂ ਸੀ ਜਿੱਤਿਆ ਜਾਂਦਾ, ਉਹ ਤਾਂ ਕਹਿਣਗੇ ਵੀ ਇਹ ਮਨਮਤ ਹੈ। ਅਸੀਂ ਕਹਿੰਦੇ ਆਪ ਅਰਦਾਸ ਕਰੋ, ਆਪ ਬਾਣੀ ਪੜ੍ਹੋ, ਆਪ ਸਮਝੋ, ਤੁਸੀਂ ਨਾ ਲੁੱਟੇ ਜਾਓ ਧਰਮ ਦੇ ਨਾਂ 'ਤੇ। ਤੁਸੀਂ ਜਿੰਨੀ ਕਤਲੋਗਾਰ ਧਰਮ ਦੇ ਨਾਂ 'ਤੇ ਹੋਈ ਹੈ, ਉਨੀ ਰਾਜਨੀਤੀ ਦੇ ਨਾਂ 'ਤੇ ਵੀ ਨਹੀਂ ਹੋਈ, ਅਤੇ ਨਹੀਂ ਹੋ ਰਹੀ, ਅੱਜ ਵੀ ਹੋ ਰਹੀ ਹੈ।